ਹਾਂਜੀ ਵੇਰਕਾ ਸਾਹਿਬ, ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਜਨਗ੍ਰਾਫ ਬਹੁਤਾ ਗਿਰ ਰਿਹਾ। ਕੇਜਰੀਵਾਲ ਨੇ ਮਾਫ਼ੀ ਮੰਗੀ ਮਜੀਠੀਆ ਸੇ, ਉੱਧਰ ਭਗਵੰਤ ਮਾਨ ਨੇ ਅਸਤੀਫਾ ਦੇ ਦਿਆ ਔਰ ਪੂਰੀ ਪਾਰਟੀ ਬਿਖਰੀ ਹੋਈ। ਆਪ ਕਿਆ ਕਹਿਣਾ ਚਾਹਤੇ? ਦੇਖੀਏ, ਮੈਂ ਕਹਿ ਰਹਾ ਹੂੰ ਕਿ ਯੇ ਇਨਕਾ ਜੋ ਆਮ ਆਦਮੀ ਪਾਰਟੀ ਕਾ ਝਾੜੂ ਹੈ, ਉਸਕੀ ਰੱਸੀ ਖੁੱਲ ਗਈ ਹੈ ਔਰ ਝਾੜੂ ਤੀਲਾ ਤੀਲਾ ਹੋ ਗਿਆ ਹੈ। ਔਰ ਮੈਨੇ ਦੇਖਾ ਹੈ ਕਿ ਜੈਸੇ ਇੱਕ ਬਾਂਦਰੀ ਕੇ ਜਬ ਪਾਓ ਜਲਤੇ ਹੈ ਤੋ ਆਪਣੇ ਬੱਚੋਂ ਕੋ ਪੈਰੋਂ ਕੇ ਨੀਚੇ ਲੈ ਲੈਤੀ ਹੈ। ਔਰ ਕੇਜਰੀਵਾਲ ਸਾਹਿਬ ਪੂਰੇ ਆਮ ਆਦਮੀ ਪਾਰਟੀ ਕੋ ਆਪਣੇ ਪੈਰੋਂ ਕੇ ਨੀਚੇ ਲੈ ਰਹੇ ਹੈ ਔਰ ਕੁਚਲ ਰਹੇ ਹੈ, ਬੇਇੱਜ਼ਤ ਕਰ ਰਹੇ ਹੈ। ਔਰ ਮੈਂ ਸਮਝਤਾ ਹੂੰ ਕਿ ਇਹ ਅੱਜ ਆਮ ਆਦਮੀ ਪਾਰਟੀ ਪੂਰੇ ਦੇਸ਼ ਮੇਂ ਸ਼ਰਮਸ਼ਾਰ ਹੋ ਰਹੀ ਹੈ ਔਰ ਇਨਕੋ ਭਗਵੰਤ ਮਾਨ ਕੋ ਬੇਚਾਰੇ ਕੋ ਔਰ ਸੁਖਪਾਲ ਸਿੰਘ ਖਹਿਰਾ ਕੋ ਸ਼ਰਮ ਸੇ ਸਿਰ ਝੁਕਾ ਹੁਆ ਹੈ ਔਰ ਸਿਰ ਛੁਪਾਨੇ ਕੋ ਜਗ੍ਹਾ ਨਹੀਂ ਮਿਲ ਰਹੀ। ਔਰ ਮੈਂ ਇਹ ਕਹਿ ਰਹਾ ਹੂੰ ਕਿ ਉਨਕੋ ਚਾਹੀਏ ਕਿ ਵੋ ਆਮ ਆਦਮੀ ਪਾਰਟੀ ਮੀਟਿੰਗ ਕਰੇ ਔਰ ਕੇਜਰੀਵਾਲ ਸਾਹਿਬ ਕੋ ਡਿਸਮਿਸ ਕਰ ਦੇ, ਕਿਉਂਕਿ ਪੰਜਾਬ ਕੇ ਸੈਂਟੀਮੈਂਟਸ ਕਾ ਮਾਮਲਾ ਹੈ। ਦੂਸਰੀ ਬਾਤ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਇਹ ਕੇਜਰੀਵਾਲ ਸਾਹਿਬ ਕਾ ਅਸਤੀਫਾ ਜੋ ਮੰਗਣੇ ਵਾਲੇ ਜੋ ਲੋਕ ਹਮਾਰੇ ਹੈ, ਹਮ ਇਸ ਲਈ ਕਹਿ ਰਹੇ ਹਾਂ ਅਸਤੀਫਾ ਦੇ, ਕਿਉਂਕਿ ਕਹਿਤੇ ਨੇ ਕਿ ਜੋ ਦੁਕਾਨਦਾਰ ਹੈ ਵੋ ਝੂਠ ਬੋਲ ਕੇ ਕਿਆ ਖਟਤਾ ਹੈ ਔਰ ਨੇਤਾ ਕਮ ਬੋਲ ਕੇ ਕਿਆ ਵਟਤਾ ਹੈ ਔਰ ਕੇਜਰੀਵਾਲ ਸਿਆਸਤ ਮੇਂ ਐਸਾ ਬੰਦਾ ਹੈ ਜੋ ਖੁਦ ਹੀ ਥੂਕਤਾ ਹੈ ਔਰ ਖੁਦ ਹੀ ਚਾਟਤਾ ਹੈ ਔਰ ਇਹ ਖੁਦ ਥੂਕ ਕੇ ਚਾਟਨੇ ਵਾਲੇ ਕੋ ਆਜ ਪੂਰਾ ਦੇਸ਼ ਥੂ 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 ਕਰ ਰਹਾ ਹੈ।